ਹੈਲੋ ਗਾਇਜ਼ ਹੂ ਆਰ ਯੂ ਆਈ ਹੋਪ ਯੂ ਆਰ ਫਾਈਨ ਗਾਡ ਗਿਵ ਯੂ ਲਾਟ ਆਫ ਹੈਪੀਨੈਸ ਲੈਟਸ ਸਟਾਰਟ आवर ਵੀਲੌਗ ਅੱਜ ਸਿੰਧਰ ਹੱਦਾਂ ਨਾਲ ਇੱਕ ਟਾਣ ਕਟੂਆਂ ਤਰੇਕੇ ਦੇ ਇੱਕ ਜਿਹੜਾ ਟਾਣ ਇਹ ਨਾ ਹੋਇਆ ਐ ਇੱਕ ਸਾਈਡ ਤੇ ਜਿੱਥੇ ਫਸਲ ਹੁੰਦੀ ਹੈ ਨਾ ਜ਼ਿਆਦਾ ਤੇ ਫਿਰ ਥੱਲੇ ਸੀ ਕਮਾਦ ਘਟਿਆ ਤੇ ਫਿਰ ਕਮਾਦ ਉਹ ਜਿਹੜਾ ਨਾ ਬੜਾ ਬਰੀਕ ਬਾਰੀਕ ਬਾਰੀ ਕੁ ਗਿਆ ਇਸ ਵਜ੍ਹਾ ਸਤਿਯਾਤ ਕੀਨ ਜਿਹੜਾ ਵਟੂ ਆ ਤਾਂ ਕਿ ਕਮ ਕਮਾਤ ਜਿਹੜਾ ਨਾ ਉਹਗਲੀ ਵੈ ਸਹੀ ਹਲਦੀ ਹੋ ਜਾਏ ਇਹ ਸਾਰਾ ਜਿਹੜਾ ਨੇ ਇੱਕ ਸਾਈਡ ਤੇ ਜੁਕੇ ਹੈ ਤੇ ਅਸੀਂ ਇਹਦੇ ਵਾਸਤੇ ਆnde ਆਂਦੀ ਯਾਰੀ ਕੱਟਣੇ ਵਾਸਤੇ ਸਾਜ ਨਾਖੀ ਦਾ ਇੰਗਲਿਸ਼ ਤੇ ਕਾਫੀ ਜਿਹੜਾ ਨਾ ਪੱਕੀ ਹੈ ਲੱਕੜੀ ਤੇ ਉਹ ਕੱਟਣੀ ਕਾਫੀ ਟਫ ਹੈ ਤੇ ਯਾਰੀ ਦੀ ਚਾਹ ਦੀ ਇਹ ਬੰਦੇ ਉੱਤੇ ਚੜ ਕੇ ਜਿਹੜਾ ਨਾ ਕਵਾੜੀ ਨਾਲ ਕੱਟ ਲੈਂਦੇ ਨੇ ਅਸੀਂ ਫਿਰ ਉੱਤੇ ਤੇ ਨਹੀਂ ਚੜ੍ਹ ਸਕਦੇ ਫਿਰ ਥੱਲੇ ਹੀ ਅਸੀਂ ਟਰਾਈ ਕਰਨੇ ਆਂ ਬੇ ਕੱਟਣੇ ਲਈ ਵੇਖੋ ਕਟਿੰਦਾ ਕਿਨੇ ਕਟਿੰਦਾ ਹੁਣ ਤੁਮਾਂ ਸਾਹ ਤੁਸੀਂ ਕਟਿਆ ਤੇ ਫਿਰ ਅਸੀਂ ਵੇਖਦੇ ਆਂ ਕਿਵੇਂ ਚਿਗਨੇ ਆਂ ਫਿਰ ਇਹ ਤਕਰੀਬਨ ਜਿਹੜਾ ਨਾ ਅੱਧਾ ਟੁੱਟ ਗਿਆ ਤੋਣੇ ਨੂੰ ਛੇਕੇ ਕੋਸ਼ਿਸ਼ ਕਰਾਂ ਦੀ ਚਿਗਨੇ ਨਾ ਕੋਈ ਟੁੱਟ ਜਾਏ ਕਿਉਂਕਿ ਇੱਥੇ ਵਜ਼ਨ ਕਾਫੀ ਜ਼ਿਆਦਾ ਹੈ ਨਾ ਟਾਣੀਆਂ ਦਾ ਪੱਤਿਆਂ ਦਾ ਫਿਰ ਦਰ ਹੈ ਜਿਤਨਾ ਉਹਨ ਫਿਰ ਆਰੀ ਨਾਲ ਥੋੜਾ ਕਟਾਂ ਦੇ ਫਿਰ ਇਹ ਸਾਰੇ ਪੀਸ ਜਿਹੜੇ ਨਾਲ ਅਲੱਦਾ ਕਰ ਚੜਾਉਂਦੇ ਜਿਹੜੀ ਵੱਡੀ ਰਾਣੀ ਹੈ ਵਹਰੀ ਕੱਟ ਛੜਾਂਦੇ ਛੋਟੇ ਛੋਟੇ ਨਾਲ ਉਹ ਰੈਵਰਸ ਅੱਗੇ ਲਿਆ ਕੇ ਪਾਵਾਂਦੇ ਤੇ ਫਿਰ ਰੈਵਰਸ ਜਦੋਂ ਖਾ ਲੈਣਦੇ ਤੇ ਫਿਰ ਉਹਨ ਸੇਵ ਕਰ ਚੜਾਉਂਦੇ ਸੁੱਕਣੇ ਵਾਸਤੇ ਤੇ ਫਿਰ ਜਦੋਂ ਸਰਦੀ ਚ ਬਾਲਣ ਦੀ ਲੋੜ ਹੋਵੇਦੀ ਤੇ ਫਿਰ ਉਹਦੀ ਅੱਗ ਬਾਲਾਂਦੇ ਇਹ ਦੇਖ ਛੋਟਾ ਇਹ ਟੁੱਟ ਗਿਆ ਵੱਡਾ ਸ ਟੁੱਟਾ ਨਹੀਂ ਦੂਜਾ ਨਾ ਚੈੱਕ ਕੇ ਟਰਾਈ ਕਰਨੇ ਆ ਥਲੇ ਡੇਕ ਜਾ ਤਨ ਵੇਖਤਾ ਜੇ ਕਰਾਫਟਸ ਬਿਲਕੁਲ ਜੁੜੀ ਹੈ ਨਾ ਪੈੜੀ ਹੋਈ ਹੈ ਤੋ ਕਿਤੇ ਸਾਇਆ ਹੋਵੇ ਨਾ ਉੱਥੇ ਜਿਹੜੀ ਹੈ ਨਾ ਫਸਲ ਇਹ ਨਹੀਂ ਅੱਛੀ ਨਹੀਂ ਹੁੰਦੀ ਉਹਨੇ ਟੁੱਟ ਗਿਆ ਥਲੇ ਡੇਕ ਗਿਆ ਫਿਰ ਅਸੀਂ ਚੋਕ ਕੇ ਆਉਣਾ ਬਾਹਰ ਲੈ ਜਾਂਦੇ ਤੇ ਫਿਰ ਜਾ ਕੇ ਕੱਟ ਲਾਂਦੇ ਇਹ ਛੋਟਾ ਜਿਹਾ ਟਾਣੀ ਨੇ ਕੱਟ ਲੈਣੇ ਆ ਤੇ ਉਹਨਾਂ ਸੀ ਚੋਕ ਕੇ ਬਾਹਰ ਲੈ ਜਾਂਦੇ ਤੇ ਹੁਣ ਵੇਖਾਂਦੇ ਸਬਜ਼ੀ ਵਗੈਰਾ ਕੁ ਪਕਾਣੇ ਜੋਗੀ ਹੋਈ ਹੈ ਤੇ ਫਿਰ ਉਹ ਲੈ ਜਾਵਾਂਗੇ ਨਾਲ ਹੀ ਅਸੀਂ ਅੱਜ ਗੜਨੇ ਨੇ ਚੰਨੇ ਹੋ ਉਸ ਜਾਂਦੇ ਨੇ ਇਹ ਓਕਰ ਲੱਗੀ ਹੈ ਥੱਲੇ ਅਸੀਂ ਲਾਇਆ ਗਾਰਲਿਕ ਇਥੇ ਉਹ ਕਰਾ ਦੋ ਬੂਟੇ ਲੱਗਿਆ ਤੁਸੀਂ ਵਿੱਚ ਹੀ ਲੱਗੇ ਰਹਿਣ ਦੇ ਤਿੰਨ ਤਿੰਨ ਤੇ ਉਹ ਕਰਾਵੇ ਕੁ ਮਾਸ਼ਾਅੱਲਾ ਕਿੱਡੀ ਬਿਊਟੀਫੁਲ ਲੱਗੀ ਇਹ ਸਾਰੀ ਸਰਦੀਆਂ ਵਿੱਚ ਇੱਥੇ ਲੱਗਦੇ ਰਹਿੰਦੀਆਂ ਨੇ ਉਹ ਕਰਾ ਤੇ ਜੇ ਅਸੀਂ ਕੱਟ ਛੱਡਦੇ ਤੇ ਫੇਰ ਅੱਗੇ ਕੱਟ ਛੱਡਣੀ ਆ ਜੀ ਹੁਣ ਅਸੀਂ ਆਂਦੇ ਨ ਬਲੈਕ ਚਿਕਪਾ ਇਹ ਸਿੱਖਲਾ ਛੜਾਂਦੇ ਸਿੰਪਲੀ ਪਹਿਲਾਂ ਫੇਰ ਜਿਹੜਾ ਉਸ ਤੋਂ ਬਾਅਦ ਜਾਂ ਕਈ ਨਵਾਈ ਹੋਵੇ ਜਾਂ ਟਰੈਕਟਰ ਵਗੈਰਾ ਨਵਾਈ ਹੋਵੇ ਨਾ ਫੇਰ ਸਹਿਯੁਗਦਾ ਉਹ ਦਿਨਾਂ ਤੇ ਵਾਈ ਕੋ ਨਹੀਂ ਕਿਉਂਕਿ ਜਗ੍ਹਾ ਥੋੜੀ ਏ ਤੇ ਤੇ ਫਿਰ ਸਿਮਪਲੀ ਖਲਾਰ ਕੇ ਨਾ ਫਿਰ ਖੁਰਪੇ ਨਾ ਸੀ ਗੋਡੀ ਘਾੜ ਛੜਾ ਦੇ ਤੇ ਵਜੇ ਚਨੇ ਹੋਣ ਦੇ ਨਾ ਉਹ ਚੰਗੇ ਤੇ ਮਿਕਸ ਹੋ ਜਾਣ ਦੇ ਤੇ ਫਿਰ ਉਹ ਇਨਸ਼ਾਅੱਲਾ ਉਗ ਜਾਣ ਦੇ ਜਿਹੜੇ ਅੱਗੇ ਸੀ ਪਹਿਲਾਂ ਗੱਡੇ ਆਣ ਨਾ ਕਾਫੀ ਜ਼ਿਆਦਾ ਗੱਡੇ ਆਣ ਬਟ ਹੁਣ ਚੁੱਕ ਗਿਆ ਇੱਕ ਵੀ ਨਹੀਂ ਹੋ ਗਿਆ ਤਾਂ ਵਾਸਤੇ ਹੁਣ ਜਿਹੜਾ ਨਾ ਸਾਨੂੰ ਦੁਬਾਰਾ ਗੜਨੇ ਪੈਂਦੇ ਨੇ ਪੇ ਨੋਂ ਨ ਤਕਰੀਬਨ ਅਸੀਂ ਗੱਟ ਛੜਿਆ ਨੇ ਇੰਨੀ ਇਥੇ ਜਗ੍ਹਾ ਥੋੜੀ ਜਿਹੀ ਥੋਮ ਨਾਲ ਉਨ ਕੋਰਪਾ ਲੈ ਕੇ ਨਾ ਗੋਡੀ ਕਰਕੇ ਤੁਹਾਨੂੰ ਹਾਨ ਨੇ ਕਿਵੇਂ ਫਿਰ ਬਿਲਕੁਲ ਸਹੀ ਹੋ ਜਾਏਗਾ ਉਂ ਇਥੇ ਕਾਫੀ ਜ਼ਿਆਦਾ ਇਥੇ ਘਾਹ ਸੇ ਨਾ ਜਾਂ ਫਿਰ ਅਸੀਂ ਲਾਣੇ ਤੋਂ ਪਹਿਲਾਂ ਕਈ ਨਾ ਗੋਡੀ ਕਰ ਲਈ ਤੇ ਫਿਰ ਵੀ ਅਸੀਂ ਲਾ ਸਕਨੇ ਆ ਤੇ ਅਸੀਂ ਫਿਰ ਖੁਰਪੇ ਨਾਲ ਹੀ ਹੁਣ ਕਰ ਲਾਂਦੇ ਮੈਨੇਜ ਅਸੀਂ ਕੁਮਾਤ ਜਿਹੜਾ ਨਾ ਬਿਲਕੁਲ ਆਪਣੇ ਨੇੜੇ ਲਾਇਆ ਕਿਉਂਕਿ ਜਦੋਂ ਚੂਪ ਪਣਾਵੇ ਤੇ ਗੰਨਾ ਤਰੋੜ ਕੇ ਲੈ ਜਾ ਚੂਪ ਲੋ ਦੂਰ ਹੋ ਵਾ ਫਿਰ ਇਨਾ ਚਿਰ ਸੋਚੀਦਾ ਲੈਣ ਜਾਣਾ ਫਿਰ ਲੈ ਕੇ ਆਉਣਾ ਫਿਰ ਇਨੇ ਬੰਦੇ ਦਿੱਲੀ ਨਹੀਂ ਕਰਦਾ ਚੂਪਨੇ ਤੇ ਐਨ ਜੋਜੇ ਦਾ ਬਿਲਕੁਲ ਸਾਰਾ ਜਦੋਂ ਅਸੀਂ ਗੁੱਡਾ ਦੇ ਨਾ ਐਸੀ ਕੈਰਟ ਲਾਈਆਂ ਕੈਰਟ ਮਾਸ਼ਾਅੱਲਾ ਵੇਖੋ ਕਿੰਨੀਆਂ ਗ੍ਰੀਨ ਨੇ ਤੇ ਬਿਲਕੁਲ ਸਹੀ ਸਾਰੀਆਂ ਉਗੀਆਂ ਨੇ ਤੇ ਕਾਫੀ ਵੱਡੀ ਵੱਡੀ ਹੋ ਗਈ ਕੈਰਟ ਤੇ ਕਰਾਪਸ ਤੋਂ ਅਸੀਂ ਬਾਰੋਂ ਕੰਮ ਕਰਕੇ ਥੱਕ ਗਏ ਆਈ ਤੇ ਅਸੀਂ ਪਾਇਨ ਐਡੀਟਰੀਆ ਆਈ ਚਨਾ ਚਾਟ ਲੈਣ ਤੇ ਬਾਟਲ ਲੈਨ ਉਹ ਲੈ ਕੇ ਆ ਗਏ ਨੇ ਤੇ ਹੁਣ ਅਸੀਂ ਪਾ ਕੇ ਚੈੱਕ ਕਰਨੇ ਆ ਨਾਲ ਸਾਰਿਆਂ ਜਿਹੜਾ ਨਾ ਸਰਵ ਕਰਨੇ ਆ ਕਿਉਂਕਿ ਇੱਕ ਕੰਮ ਹੋ ਸਕਦਾ ਹੈ ਜਾਂ ਬਾਹਰੋਂ ਘਰ ਆਵੇ ਤੇ ਜਾਂ ਕਰੋ ਕੀ ਹੁੰਦੇ ਨੇ ਦੋਵੇਂ ਪਾਸੇ ਕੰਮ ਕਰ ਲੈਂਦੇ ਨੇ ਘਰ ਦਾ ਵੀ ਸਾਰਾ ਮੈਨੇਜ ਕਰ ਦਿੰਦੇ ਨੇ ਰੋਟੀ ਆਂਡੀ ਬਾਹਰ ਵੀ ਕਰ ਲੈਂਦੇ ਨੇ ਪਰ ਸਾਡੇ ਕੋਲ ਇੰਨਾ ਜ਼ਿਆਦਾ ਨਹੀਂ ਹੁੰਦਾ ਅਸੀਂ ਜੇ ਬਾਹਰ ਕਰ ਲਈਏ ਤੇ ਬਸ ਬਾਹਰ ਹੀ ਤੇ ਘਰ ਕਰ ਲਈਏ ਤੇ ਬਸ ਘਰ ਦੀ ਆਂਡੀ ਰੋਟੀ ਕਰ ਲੈਨੇ ਆ ਸ਼ਕਲਾਂ ਤਾਂ ਮਾਸ਼ਾਅੱਲਾ ਬਹੁਤ ਹੀ ਟੇਸਟੀ ਲੱਗਦਾ ਪਿਆ ਓਕੇ ਅੱਲਾ ਹਫੀਜ਼